ਆਪਾਂ ਤੇ ਅਨੁਸਾਰ ਹਾਂ। ਪਰਮਾਤਮਾ ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਚੜ੍ਹਦੀ ਕਲਾ ਰੱਖੇ, ਕਿਰਪਾ ਰੱਖੇ, ਰਹਿਣ ਦੁਗਣੀ ਰਾਹ ਚੌਗਣੀ ਤਰੱਕੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਇਸ ਕਰਕੇ ਮੈਂ ਤਿਆਰੀ ਕਰਕੇ ਆਉਂਦਾ, ਸੋ ਮੈਨੂੰ ਨਾ ਪਤਾ ਹੋਣ ਕਰਕੇ ਮੈਂ ਬਾਬਾ ਜੀਵਨ ਸਿੰਘ ਜੇਤਾ ਜੀ ਦੀ ਤਿਆਰੀ ਕਰਕੇ ਆਇਆ ਸਾਂ। ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੀ, ਮੋਤੀ ਮਹਿਰਾ ਜੀ ਨੂੰ ਸਮਰਪਿਤ ਵੀ ਨਗਰ ਕੀਰਤਨ ਮਨਾ ਰਹੇ ਹੋ। ਮੈਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਤਿਹਾਸ ਤੁਹਾਡੇ ਚਰਨਾਂ ਵਿੱਚ ਲੈ ਕੇ ਆਇਆ ਸਾਂ। ਸੋ ਉਸ ਇਤਿਹਾਸ ਨੂੰ ਅੱਗੇ ਤੁਰਦਾ ਇੱਕ ਸੰਗ ਰੱਖ ਕੇ ਖਵਾਉਂਦੇ ਜਾਚਕ ਹੋ ਰਿਹਾ। ਮੈਂ ਪਿਛਲੇ ਪੜਾਅ ਤੇ ਜ਼ਿਕਰ ਕੀਤਾ ਸੀ ਕਿ ਭਾਵਾਂ ਛੋਟੀ ਜਾਤੀ ਦਾ ਸੀ ਸਦਾ ਆਨੰਦ ਭਾਈ ਕਲਿਆਣੇ ਦਾ ਅੰਸ਼ ਬੰਸ਼ ਦੇ ਵਿੱਚੋਂ ਬੜਾ ਸੋਹਣਾ ਕੀਰਤਨ ਕਰਨ ਵਾਲਾ ਰਬਾਬ ਤੇ ਤੰਤੀ ਸਾਜ ਤੇ, ਉਹਦਾ ਵਿਆਹ ਤੇਗ ਬਹਾਦਰ ਮਹਾਰਾਜ ਨੇ ਬ੍ਰਾਹਮਣਾਂ ਦੇ ਭਾਈਚਾਰੇ ਵੱਲੋਂ ਬਾਈਕਾਟ ਕਰਨ ਦੇ ਬਾਵਜੂਦ ਉਹਦੇ ਪਿਤਾ ਸ਼ਿਵ ਨਰੈਣ ਨੂੰ, ਜਿਹੜਾ ਔਰੰਗਜ਼ੇਬ ਦਾ ਦਰਬਾਰੀ ਸੀ ਤੇ ਲਾਜਵੰਤੀ ਦਾ ਪਿਤਾ ਵੀ ਪੰਡਿਤ ਸ਼ਿਵ ਨਰੈਣ ਔਰੰਗਜ਼ੇਬ ਦਾ ਦਰਬਾਰੀ ਸੀ ਤੇ ਸਦਾ ਨੰਦ ਦਾ ਵੱਡਾ ਭਾਈ ਆਗਿਆ ਰਾਮ ਜਿਹੜਾ ਦਿੱਲੀ ਰਹਿ ਕੇ ਇਸ ਸੰਗੀਤ ਵਿਦਿਆਲੇ ਨੂੰ ਚਲਾ ਰਿਹਾ ਸੀ, ਉਹ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਆਉਣ ਜਾਣ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਇਹ ਪਿਆਰ ਰਿਸ਼ਤੇਦਾਰੀ ਦੇ ਰੂਪ ਵਿੱਚ ਬਦਲ ਗਿਆ ਤੇ ਗੁਰੂ ਪਿਆਰੀ ਸਾਧ ਸੰਗਤ ਕੋਲ ਨਗਰ ਉਸ ਸਮੇਂ ਕੋਲ ਨਗਰ ਸੀ, ਅੱਜ ਉਹਨੂੰ ਅਲੀਗੜ੍ਹ ਆਖਿਆ ਜਾਂਦਾ। ਮੁਸਲਮਾਨ ਬਰਾਦਰੀ ਦੀ ਉਹ ਯੂਨੀਵਰਸਿਟੀ ਹੈ ਅਲੀਗੜ੍ਹ ਦੇ ਵਿੱਚ। 13 ਅਕਤੂਬਰ 1657 ਐਤਵਾਰ ਵਾਲੇ ਦਿਨ ਕੱਤੇ ਦੀ ਸੰਗਰਾਂਦ ਨੂੰ ਸਦਾਨੰਦ ਤੇ ਲਾਜਵੰਤੀ ਦੇ ਅਨੰਦ ਪ੍ਰਾਪਤ ਹੋ ਗਏ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਿਚੋਲੇ ਬਣੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਚੋਂ ਦਰਬਾਰੀ ਕਵੀ ਕੰਗਣ ਲਿਖਦਾ ਇੱਕ ਦੋਹਰਾ, ਉਹਦਾ ਖੋਹਾ ਖੋਹੀ ਦੇਸ਼ ਮੇ ਮੱਚੀ ਦਾ ਜੁਲਮ ਨਿਸੰਗ। ਉਹਦਾ ਦੇਸ਼ ਦੇ ਵਿੱਚ ਉਸ ਵੇਲੇ ਬੜੇ ਮਾੜੇ ਹਾਲਤ ਸੀ, ਖੋਹਾ ਖਾਹੀ ਚੱਲ ਰਹੀ ਸੀ, ਇੰਨਾ ਜੁਲਮ ਹੋ ਰਿਹਾ ਸੀ। ਖੋਹਾ ਖੋਹੀ ਦੇਸ਼ ਮੇ ਮੱਚਿਆ ਜੁਲਮ ਨਿਸੰਗ, ਕੰਕਣ ਖੂਨ ਕੁਟੰਬ ਦਾ ਡੋਲੀ ਜਾਏ ਨਿਰੰਗ। ਕੰਕਣ ਉਸ ਕਵੀ ਦਾ ਨਾਂ ਹੈ, ਉਹ ਆਉਂਦਾ ਕੰਕਣ ਖੂਨ ਕੁਟੰਬ ਦਾ ਡੋਲੀ ਜਾਏ ਅਨੰਗ। ਔਰੰਗਜ਼ੇਬ ਬਾਦਸ਼ਾਹ ਉਸ ਜੁਲਮ ਕਰਕੇ ਅਤਿਆਚਾਰ ਕਰਕੇ ਡੋਲਦਾ ਵਾਲਾ ਡੋਲੀ ਜਾ ਰਿਹਾ ਤੇ ਅੱਗੇ ਲਿਖਦਾ ਦੋਹਰਾ, ਵਾਪਸ ਨਗਰ ਕੋਇਲ ਨਗਰ ਸੀ ਲਾਜਵੰਤੀ ਦਾ ਪਿੰਡ, ਸੋਹਣਿਆਂ ਦਾ ਸਦਾ ਆਨੰਦ ਦੇਗਾ। ਵਾਪਸ ਨਗਰ ਕੋਇਲ ਮੈਂ ਆਏ ਨਵੇਂ ਅਵਤਾਰ, ਹੋਈ ਸ਼ਾਦੀ ਸਦਾ ਆਨੰਦ ਕੀ ਕਿਰਪਾ ਕਰੀ ਅਪਾਰ। ਸਦਾ ਆਨੰਦ ਦੀ ਸ਼ਾਦੀ ਹੋ ਗਈ। ਇਹ ਗੁਰੂ ਦੇ 52 ਕਵੀ ਜਿਨ੍ਹਾਂ ਦੀ ਸਾਰੀ ਲਿਖਤ ਜੋੜ ਕੇ ਇੱਕ ਵਿਦਿਆ ਧਰਨਾ ਦਾ ਗ੍ਰੰਥ
ਜਿਹਦਾ ਇਤਿਹਾਸਕਾਰ ਦੱਸਦੇ 9.25 ਮਣ ਪੱਕਾ ਭਾਰ ਸੀ ਜੋ ਸਰਸਾ ਨਦੀ ਰੁੜ ਗਿਆ। ਜੇ ਉਹ ਨਾ ਰੁੜਗਾ ਤਾਂ ਇਹ ਦਸਮ ਗ੍ਰੰਥ ਜੀ ਨੂੰ ਆਖਿਆ ਜਾਂਦਾ ਉਹ ਫਿਰ ਸਾਡੇ ਕੋਲੇ ਹੋਣਾ ਸੀ, ਨਾ ਕਿਸੇ ਮਰਿਆਦਾ ਦਾ ਰੋਲਾ ਪੈਣਾ ਸੀ ਤੇ ਸਾਨੂੰ ਇਤਿਹਾਸ ਦਾ ਵੀ ਇਹ ਦੂਜਿਆਂ ਪਾਉਣਾ ਪਤਾ ਹੋਣਾ ਸੀ। ਖਰਚ ਖਰਚ ਇੱਕ ਮਿੰਟ ਭਰਾਵਾ ਬਣੀ ਆ
ਟਰਾਲੀ ਮੋੜਦੇ ਆ ਨਹੀਂ ਕਵਰ ਨਾ ਤਾਂ ਪਤਾ ਲੱਗਦਾ ਗੁਰੂ ਦਰਸ਼ਨ ਬਾਬਾ ਜੀ ਅੱਖੀਆਂ ਦਰਸ਼ਨ ਅੱਖੀਆਂ ਦਰਸ਼ਨ ਗੁਰੂ ਬਾਬਾ ਜੀ ਅੱਖੀਆਂ ਦਰਸ਼ਨ ਅੱਖੀਆਂ ਦਰਸ਼ਨ ਗੁਰੂ ਦਰਸ਼ਨ ਬਾਬਾ ਜੀ ਅੱਖੀਆਂ ਦਰਸ਼ਨ ਅੱਖੀਆਂ ਦਰਸ਼ਨ ਗੁਰੂ ਦਰਸ਼ਨ ਬਾਬਾ ਜੀ ਅੱਖੀਆਂ ਦਰਸ਼ਨ ਅੱਖੀਆਂ ਦਰਸ਼ਨ ਦਰਸ਼ਨ ਬਾਬਾ ਜੀ ਅੱਖੀਆਂ ਦਰਸ਼ਨ ਅੱਖੀਆਂ ਦਰਸ਼ਨ ਜੇ ਦਰਸ਼ਨ ਬਾਬਾ।